माशाल्लाह ते जो है ना सुबह सुबह फूल खिले खड़ोते ने है छोटे छोटे बरीक बरीक, और इस तो अलावा जो है ना है एक फूल वड्डा भी खिलिया खड़ोता है माशाल्लाह। किसे मेरे बहन भाई खाना वे जी बिस्मिल्लाह आके खा सकता है। माशाल्लाह साग तो मुकम्मल हो गया। ਇਹ ਜੋ ਹੈ ਨਾ ਰਸਤੇ ਦੇ ਵਿੱਚ ਭਾਈ ਹੋਰੀ ਛੇਲ ਲੈ ਕੇ ਆ ਰਹੇ ਨੇ, ਮਤਲਬ ਜਿਹੜੇ ਲੇਟ ਹੋ ਜਾਂਦੇ ਨੇ ਪੱਠਿਆਂ ਤੋਂ ਇਸ ਟਾਈਮ ਛੇਲ ਕਰਦੇ ਨੇ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ, ਕੀ ਹਾਲ ਚਾਲ ਨੇ ਵਿਊਵਰਸ? ਉਮੀਦ ਕਰਨੇ ਆ ਤੁਸੀਂ ਠੀਕ ਹੋਸੋ ਤੇ ਅਲਹਮਦੁਲਿਲਾ ਅਸੀਂ ਤੁਹਾਡੇ ਦੁਆਵਾਂ ਨਾਲ ਠੀਕ ਠਾਕ ਹਾਂ। ਅੱਜ ਦਾ ਵਲੋਗ ਸ਼ੁਰੂ ਕਰਨ ਤੋਂ ਪਹਿਲੇ ਮੇਰੀ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਮੇਰੀ ਵੀਡੀਓ ਨੂੰ ਲਾਈਕ ਕੀਤਾ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਜਿੱਥੇ ਵੀ ਰਹੋ ਖੁਸ਼ ਰਹੋ, ਬਾਤ ਰਹੋ, ਹਮੇਸ਼ਾ ਹਸਤੇ ਮੁਸਕਰਾਉਂਦੇ ਰਹੋ, ਸਾਡੀ ਦੁਆਵਾਂ ਤੁਹਾਡੇ ਨਾਲ ਨੇ। ਔਰ ਲਾਈਕ ਔਰ ਸਬਸਕ੍ਰਾਈਬ ਕਰਨ ਦੇ ਕੋਈ ਪੈਸੇ ਨਹੀਂ ਲੱਗਦੇ। ਹਾਂਜੀ ਤੇ ਅੰਮੀ ਤੇ ਬਾਜੀ ਜੋ ਹੈ ਨਾ ਉਹ ਸਾਗ ਕੱਟਦੇ ਪਏ ਨੇ, ਇਹ ਦੇਖੋ ਇਸ ਤਰੀਕੇ ਨਾਲ ਇਹ ਸਾਗ ਹੈ ਮਾਸ਼ਾਅੱਲਾ, ਤੇ ਇਹ ਮੁੱਲ ਖਰੀਦ ਕੇ ਪਕਾ ਰਹੇ ਹਨ ਕਿਉਂਕਿ ਹਾਲੇ ਤੱਕ ਇੱਥੇ ਵਾਹੀਆਂ ਜੋ ਹੈ ਨਾ ਮਤਲਬ ਐਡਾ ਆਮ ਨਹੀਂ ਹੈ। ਅਸਲਾਮੁ ਅਲੈਕੁਮ, ਕੀ ਹਾਲ ਚਾਲ ਨੇ ਮੇਰੇ ਭੈਣਾਂ ਭਾਈਆਂ? ਉਮੀਦ ਕਰਨੇ ਆ ਕਿ ਤੁਸੀਂ ਠੀਕ ਹੋ। ਸਾਲ ਅਲਹਮਦੁਲਿਲਾ ਅਸੀਂ ਠੀਕ ਠਾਕ ਹੈ। ਹਾਂਜੀ ਤੇ ਮੈਂ ਸਾਗ ਕੱਟਦੀ ਪਈ ਹਾਂ, ਮੈਂ ਸਾਗ ਕੱਟ ਲਿਆ ਤੇ ਪਾਇ ਹੁਣ ਕੱਟਦੀ ਹਾਂ ਵੀ ਪਾਲਕ ਤੇ ਅੰਮੀ ਹੋਰੀ ਮੇਥੀ ਤੇ ਬਾਕੀ ਮੈਨੂੰ ਚੁੱਕ ਕੇ ਦਿੰਦੇ ਪਏ ਨੇ। ਇਹਨਾਂ ਦੀ ਤਬੀਅਤ ਖਰਾਬ ਹੈ ਤਾਂ ਨਾ ਚਲੋ ਮੈਂ ਨਾਲ ਬੈ ਕੇ ਕੁੱਟ ਚੁਕਾ ਦਿੰਦੀ ਤੇ ਕੱਟ ਤੁਸੀਂ ਆਪੇ ਲਗਾ। ਹਾਂਜੀ ਅੰਮੀ ਹੋਰੀ ਜੋ ਐਨੋ ਆਉਂਦੇ ਨੇ ਕਿ ਮੇਰੇ ਨਾਲ ਸਿਰ ਨੂੰ ਬੜੀ ਤਕਲੀਫ ਹੈ, ਇਸ ਵਜ੍ਹਾ ਤੋਂ ਇਹ ਪੱਟੀ ਜਿਹੀ ਵੀ ਬੰਨੀ ਬੈਠੇ ਨੇ, ਔਰ ਉਸ ਤੋਂ ਇਲਾਵਾ ਜੋ ਹੈ ਨਾ ਇਹ ਮੇਥੀ ਪਈ ਹੈ, ਮੇਥੀ ਚੁਗਦੇ ਪਏ ਨੇ, ਔਰ ਮੇਥੀ ਤੋਂ ਇਲਾਵਾ ਇਹ ਬਾਥੂ ਹੈ। ਅਸੀਂ ਜੋ ਹੈ ਨਾ ਸਾਗ ਦੇ ਵਿੱਚ ਪਾਲਕ ਮੇਥੀ ਔਰ ਬਾਥੂ ਇਹ ਤਿੰਨੋਂ ਚੀਜ਼ਾਂ ਚੌਥਾ ਨਾਲ ਸਾਗ ਚਾਰੋਂ ਚੀਜ਼ਾਂ ਜੋ ਹੈ ਨਾ ਮਿਕਸ ਕਰਕੇ ਪਕਾਉਂਦੇ ਹਾਂ, ਇਸ ਤਰੀਕੇ ਫਿਰ ਜ਼ਾਇਕਾ ਵੀ ਠੀਕ ਰਹਿੰਦਾ ਹੈ ਔਰ ਦੂਸਰੇ ਨੰਬਰ 'ਤੇ ਜੋ ਹੈ ਨਾ ਮਤਲਬ ਖੁਸ਼ਬੂ ਵੀ ਬਹੁਤ ਪਿਆਰੀ ਆਉਂਦੀ ਇਸ ਕਰਕੇ। ਹਾਂਜੀ ਬਾਜੀ ਸਾਗ ਪੱਕ ਗਿਆ? ਕੀ ਸੂਰਤ ਹਾਲ ਹੈ ਸਾਗ ਦੀ? ਅੱਛਾ ਹਾਂਜੀ ਠੀਕ। ਅੱਛਾ ਹਾਲੇ ਤੱਕ ਮਤਲਬ ਸਾਗ ਕੱਚਾ ਹੈ? ਕੱਚਾ ਹੈ, ਹਾਲੇ ਨਹੀਂ ਬਣਿਆ ਕਿਉਂਕਿ ਮੁਦਾ ਵੀ ਨਾ ਨਾ ਤੇ ਮੋੜੇ ਕੋਲਾ ਹੋ ਜਾਂਦਾ ਹੈ ਤੇ ਇਹ ਮੁਦਾ ਕੇ ਤੇ ਫਿਰ ਮਧਣਾ ਪੁੰਦਾ, ਪਾਣੀ ਜ਼ਿਆਦਾ ਵਿੱਚ ਰੱਖੀਦਾ ਕਿ ਉਹ ਸੋਹਣੀ ਰੀਤ ਗਲ ਵੀ ਜਾਂਦਾ ਹੈ ਤੇ ਮੋੜ ਵਿੱਚ ਮੁਦਾ ਵੀ ਲਵਿੰਦਾ ਤੇ ਮੋੜ ਸਹੀ ਬਣ ਜਾਂਦਾ ਹੈ। ਨਾ ਬਾਜੀ ਹੋਰੀ ਮਤਲਬ ਰਜ਼ਾਈ ਸੀ ਰਹੇ ਨੇ ਕਿਉਂਕਿ ਮੁੱਲ ਦੀਆਂ ਰਜ਼ਾਈਆਂ ਹੁੰਦੀਆਂ ਨੇ, ਮਿਹਨਤ ਟੀਂਦੀ ਇਹਨਾਂ ਰਜ਼ਾਈਆਂ ਦੀ, ਇਸ ਕਰਕੇ ਬਾਜੀ ਹੋਰੀ ਰਜ਼ਾਈ ਸੀਂਦੇ ਪਏ ਨੇ। ਮਿਹਨਤ ਮਜ਼ਦੂਰੀ ਨਾ ਕਰੀਏ ਤੇ ਮੁੜ ਬਾਲਾਂ ਨਾਲ ਕੀ ਕਰੀਏ ਤੇ ਵਿਹਲ ਵਾਲਿਆਂ ਨਾਲ ਕੀ ਕਰੀਏ? ਖਾਣਾ ਵੀ ਹੈ, ਬਿੱਲ ਵੀ ਭਰਨੇ ਨੇ, ਮਕਾਨ ਦੇ ਕਿਰਾਏ ਵੀ, ਹਰ ਸ਼ਾਇ ਬੰਦੇ ਦੇ ਸਿਰ ਤੇ ਹੈ। ਸਾਗ ਬਾਜੀ ਹਾਲੇ ਨਹੀਂ ਬਣਿਆ? ਅੱਛਾ ਉਹੀ ਤੇ ਮੈਂ ਸੋਚਦਾ ਪਿਆ ਨਾ ਕਿ ਬੜਾ ਟਾਈਮ ਹੋ ਗਿਆ ਤੇ ਹਾਲੇ ਤੱਕ ਸਾਗ ਨਹੀਂ ਪੱਕਿਆ। ਸਾਗ ਹਾਲੇ ਤੱਕ ਉੱਤੇ ਹੀ ਪਿਆ ਮਤਲਬ ਸੂਰਤ ਹਾਲ ਹੈ ਸਾਗ ਦੀ। ਮੇਰੇ ਤੇ ਹੱਥ ਹੀ ਸੜ ਗਿਆ ਗਰਮ ਹੈ ਪਲੇਟ ਜੀ। ਹੁਣ ਮੈਂ ਚੱਲਿਆ ਬਿੱਲ ਦਾ ਪਤਾ ਕਰਨ ਕਿਉਂਕਿ ਅੱਜ ਜੋ ਹੈ ਨਾ 17-18 ਤਰੀਕ ਹੋ ਗਈ ਹੈ ਤੇ ਅੱਗੇ ਜੋ ਹੈ ਨਾ ਮਤਲਬ ਸਾਡੇ 17-18 ਤਰੀਕ ਨੂੰ ਬਿੱਲ ਆ ਜਾਂਦੇ ਨੇ, ਪਰ ਅੱਜ ਮੈਂ ਹੁਣ ਇਸ ਟਾਈਮ ਜਾ ਰਿਹਾ ਕਿ ਪਤਾ ਤੇ ਕਰਾਂ ਕਿ ਬਿੱਲ ਆਏ ਨੇ ਜਾਂ ਨਹੀਂ ਆਏ, ਕਿਉਂਕਿ ਬੜੀ ਬੇਚੈਨੀ ਹੁੰਦੀ ਹੈ ਗਰੀਬ ਬੰਦੇ ਵਾਸਤੇ ਕਿ ਬਿੱਲ ਤਾਂ ਭਰਨਾ ਹੈ ਨਾ ਭਾਵੇਂ ਔਖੇ ਹੋਈਏ ਤੇ ਭਾਵੇਂ ਸੌਖੇ, ਇਸ ਕਰਕੇ ਬਿੱਲ ਦਾ ਪਤਾ ਲੱਗ ਜਾਵੇ ਚਲੋ ਬੰਦਾ ਹੁੰਦਾ ਔਖਾ ਸੌਖਾ ਇੰਤਜ਼ਾਮ ਕਰ ਲੈਂਦਾ ਹੈ ਤੇ ਇਸ ਵਜ੍ਹਾ ਤੋਂ ਜਾਂਦਾ ਪਿਆ ਬਿੱਲ ਦਾ ਪਤਾ ਕਰਨ, ਹੁਣ ਅੱਲਾ ਕਰੇ ਤੇ ਬਿੱਲ ਆ ਗਏ ਹੋਵੇ ਸਹੀ। ਹਾਂਜੀ ਤੇ ਜੋ ਫਿਲਟਰ ਹੈ ਨਾ ਇਸ ਫਿਲਟਰ ਤੇ ਸਾਡੇ ਬਿੱਲ ਆਉਂਦੇ ਨੇ ਅੱਗੇ ਤੇ ਅੱਜ ਮੈਂ ਆਇਆ ਪਤਾ ਕੀਤਾ ਤੇ ਬਿੱਲ ਜੋ ਹੈ ਨਾ ਫਿਲਹਾਲ ਨਹੀਂ ਆਏ ਕਿਉਂਕਿ ਬਿੱਲ ਮਤਲਬ ਕੱਲ੍ਹ ਆ ਸਣ ਜਾਂ ਪਰਸੋਂ ਸਣ
वेखो है जो है ना पिछली बारी वाले बिल हाले तक पे ने काफी सारे बिल लैन मतलब जी आवाम नहीं लैके जाती बिल उन्होंने पे ने ते अगे जो है ना हर बारी बिल इस जगह ते आ जाते हैं तो इतों ही आके लैने मतलब सारे मोहल्ले दे या साडे पिंड दे जो बिल लैन ना जेड़े जेड़े मतलब इत नेड़े नेड़े घर हैं इतों के रिलेटेड उन्होंने बिल जो है सारे वो इतने फिल्टर ते आ जाते हैं फिर आपो आप आके तैयार कोई अपने बिल लै जाता तो अज जो है ना अज बिल नहीं आए तो इस करके हूँ मैं वापस जा रहा घर। हाँ जी तो अल्लाह किता तो बजी और रजाई सी लीए ठीक जो अपने पेंडू रिवाज ने जीत बाजी जो है ना वो रिजाई नु टांका ला रहे ने इस तरीके ना एनी मेहनत करीवे मोर मेहनत थोड़ी जीवे मोर बंदे नु अफसोस ते लगदा तुसी आप ही दस देवे एक मिनट च दस देवे कि इतनी मेहनत खुखियाई करेंदी इतनी मेहनत करेंदी मोर जे मेहनत थोड़ी मिले ते हुन अफसोस ते लगदा। हां जी लग गया टांका। हां जी तो टांका जो है ना वो लग गया साग गल गया साग हुन गल गया तो मैं नोन जेड़ा वैसे पानी वद पाया वो मैं मुतांदी पिया क्योंकि मुताया विच कौर निकल जांदी है और कौड़ा नहीं लगता साग माशा साग हुन गल गया मैं मुता के फिर जाके मदना मतलब ये जो है ना साग मुतावन का तरीका है इस तरीके नाल साग मुताया जांदा है। हाँ जी तो हूँ जो है ना अल्लाह किता साग तैयार हो गया तो बजी तो मैं इन मत्ते पे हैं इन मत्तन तो बाद फिर जो है ना फिर इन घ्यो का तड़का लगना है तो तड़का लगन तो बाद खावन दे इस्तेमाल होना है मतलब खावन दे लायक तो होन भी है पर मतलब घ्यो के अलावा ये नहीं सही लगता क्योंकि रुख खरीवे ने इन दिन में दे वैसे गर्मी हो जाती है और इन दिल भी सड़ता जा रहा है कलया भी इन वजह से घ्यो पा के ने तड़े के उस बाद रोटी ना खरीवे मोड़ ने इन मसला बनता ते किसे मेरे बहन भाई खाना वे जी बिस्मिल्ला आके खा सकता है माशाल्लाह साग तो मुकम्मल हो गया अल्लाह किता ते साग अपना तैयार हो गया है ते अगे बाजी और भी आख है ते मैं भी आख रहा कि जिस मेरे बहन भाई खाना होवे सत बिस्मिल्ला आके खा सकता है ते अगर साड़ी वीडियो थानू अच्छी लगी होवे इनू लाइक और कमेंट लाजमी करया है ते नाले लाइक और कमेंट करने दे भी कोई पैसे नहीं लगते ते आज दा व्लॉग जो है ना आप इत्थे खत्म करने हैं इंशाअल्लाह उल अज़ीम अगर जिंदगी रे फिर मुलाकात होसी खुदा हाफिज़।